ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਹੁਣ ਘਰ ਬੈਠ ਨਵੀਂ ਰਣਨੀਤੀ ਬਣਾ ਰਹੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਦਾ ਅਸਤੀਫਾ ਦੇਣ ਉਪਰੰਤ ਸ਼ਹਿਰ ਦੇ ਸਿੱਧੂ ਸਮਰਥਕ MCਾਂ ਨੇ ਵੀ ਆਪਣੇ ਅਸਤੀਫੇ ਤਿਆਰ ਕਰ ਲਏ ਨੇ, ਪਰ ਸਿੱਧੂ ਨੇ ਸਭ ਦੇ ਅਸਤੀਫੇ ਖੁਦ ਪਾੜ ਦਿੱਤੇ ਨੇ। ਇਸ ਤੋਂ ਬਾਅਦ ਘਰ ਬੈਠ ਕੇ ਹੀ ਸਿੱਧੂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਬੁੱਧਵਾਰ ਵੀ ਵਰਕਰਾਂ ਦੇ ਇਲਾਕੇ ਦੇ ਲੀਡਰਾਂ ਨਾਲ ਸਿੱਧੂ ਦੀਆਂ ਬੈਠਕਾਂ ਦਾ ਦੌਰ ਜਾਰੀ ਰਿਹਾ। ਸਿੱਧੂ ਵਿਧਾਨ ਸਭਾ ਦੇ MCs ਅਤੇ ਵਰਕਰਾਂ ਨੂੰ 15-15 ਮਿੰਟ ਦਾ ਸਮਾਂ ਆਪੋ ਆਪਣੀਆਂ ਸਮੱਸਿਆਵਾਂ ਦੱਸਣ ਦੇ ਲਈ ਅਤੇ ਕਈਆਂ ਦਾ ਮੌਕੇ 'ਤੇ ਹੱਲ ਵੀ ਕਰਵਾ ਰਹੇ ਨੇ। ਸਾਰਿਆਂ ਨੂੰ ਆਸਾਂ ਨੇ ਸਿੱਧੂ ਸਾਹਿਬ ਕੋਲ, ਜਿੰਨੇ ਵੀ ਪੰਜਾਬ ਤੋਂ ਕੋਈ ਪਠਾਨਕੋਟ ਤੋਂ ਆ ਰਿਹਾ, ਕੋਈ ਸੰਗਰੂਰ ਤੋਂ, ਕੋਈ ਕੋਟਕਪੁਰੇ ਤੋਂ, ਪਰ ਭਾਅ ਜੀ ਪਹਿਲਾਂ ਈਸਟ ਦੇ ਜਿਹੜੇ ਆਮ ਲੋਕ ਆਏ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਪਹਿਲ ਦੇ ਰਹੇ ਨੇ, ਔਰ ਉਸ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਕਿਹਾ ਵੀ ਤੁਸੀਂ ਚਾਹ ਪੀਓ, ਇਹ ਈਸਟ ਵਾਲਿਆਂ ਨੂੰ ਮਿਲ ਕੇ ਅਤੇ ਫਿਰ ਤੁਹਾਨੂੰ ਮਿਲ ਕੇ ਫੇਰ ਹੀ ਭੇਜਾਂਗੇ, ਉਂਝ ਨਹੀਂ ਕਿਸੇ ਨੂੰ ਜਾਣ ਦਿੰਦੇ। ਸੋ ਸਾਰਿਆਂ ਨੂੰ ਉਹ ਮਿਲ ਰਹੇ ਨੇ, ਔਰ ਮੇਨ ਨਿਰਦੇਸ਼ ਜੋ ਉਹਨਾਂ ਦਿੱਤਾ ਉਹ ਇਹ ਆ ਵੀ ਈਸਟ ਦੀ ਸੇਵਾ ਕਰੋ, ਪਲੱਸ ਪੰਜਾਬ ਦੀ ਤਾਂ ਸੇਵਾ ਕਰਨੀ ਕਰਨੀ ਆ। ਅਤੇ ਜਿਹੜਾ ਸੰਗਰੂਰ ਵਾਲੇ ਪਾਸੇ ਉਹ ਘੱਗਰ ਵਾਲੀ ਮੁਸ਼ਕਲ ਹੈ, ਕੌਂਸਲਰਾਂ ਨੂੰ ਉਹ ਵੀ ਕਿਹਾ ਵੀ ਤੁਸੀਂ ਆਪਣੇ ਲੈਵਲ 'ਤੇ ਜੋ ਉੱਥੇ ਭੇਜ ਸਕਦੇ ਜੇ ਸਮਾਨ ਰਾਸ਼ਨ ਪੈਸੇ ਉਹ ਵੀ ਭੇਜੋ, ਲੋਕਾਂ ਦੀ ਮਦਦ ਕਰੋ। ਆਪਣਾ ਮਕਸਦ ਆ ਈਸਟ ਤਾਂ ਸਾਡੀ ਕਰਮ ਭੂਮੀ ਆ, ਪਰ ਪੰਜਾਬ ਜਿਹੜਾ ਉਹਦੇ ਲਈ ਵੀ ਆਪਾਂ ਕੰਮ ਕਰਨਾ ਹੀ ਕਰਨਾ ਆ। ਜਿਹੜੇ ਉੱਥੇ ਘੱਗਰ ਵਾਲੇ ਪਾਸੇ ਵੀ ਜਿਹੜੀਆਂ ਮੁਸ਼ਕਲਾਂ ਉਹ ਵੀ ਕੌਂਸਲਰਾਂ ਨੂੰ ਕਿਹਾ ਵੀ ਸਾਰੇ ਜਣੇ ਰਲ ਕੇ ਜੋ ਤਿਲ ਫੁੱਲ ਪਾ ਸਕਦੇ ਜੇ ਉੱਧਰ ਵੀ ਗਰੀਬ ਲੋਕਾਂ ਦੀ ਮਦਦ ਕਰੋ, ਅਤੇ ਈਸਟ ਲਈ ਡਰ ਜਾਓ, ਈਸਟ ਦੇ ਲੋਕਾਂ ਦੀ ਜਿਹੜੀ ਉਹ ਦਿਨ ਰਾਤ ਮਦਦ ਕਰੋ, ਈਸਟ ਲੋਕਾਂ ਨੂੰ ਮੁਸ਼ਕਲ ਨਾ ਆਵੇ ਕੋਈ। ਅਤੇ ਹੁਣ ਸਿੱਧੂ ਸਾਹਿਬ ਦਾ ਵਾ ਕਿ ਸਿੱਧੂ ਸਾਹਿਬ ਨੇ ਸਾਨੂੰ ਡਟ ਕੇ ਪੰਜਾਬ ਵਾਸਤੇ, ਆਪਣੇ ਹਲਕੇ ਵਾਸਤੇ, ਪੂਰੇ ਅੰਮ੍ਰਿਤਸਰ ਸ਼ਹਿਰ ਵਾਸਤੇ ਡਟ ਕੇ ਕੰਮ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਆ, ਅਤੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੂਰੇ ਉਤਰਾਂਗੇ। ਜੋ ਸਿੱਧੂ ਸਾਹਿਬ ਨੇ ਨਸ਼ਿਆਂ ਦੀ, ਨਸ਼ਿਆਂ ਪ੍ਰਤੀ ਜਾਂ ਪੰਜਾਬੀ ਪੰਜਾਬੀ ਤੋਂ ਬਚਾਉਣ ਪ੍ਰਤੀ ਜੋ ਉਹਨਾਂ ਨੇ ਸੋਚ ਆ, ਉਹ ਅਸੀਂ ਸੋਚ 'ਤੇ ਪੂਰੇ ਖੜ੍ਹੇ ਉਤਰਾਂਗੇ, ਅਤੇ ਉਹਦੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵਾਂਗੇ। ਅਤੇ ਜੋ ਸਿੱਧੂ ਸਾਹਿਬ ਨੂੰ ਦਬਾਉਣ ਵਾਸਤੇ ਜਿਹੜੇ ਅਨਸਰ ਲੱਗੇ ਹੋਏ ਨੇ, ਚਲੋ ਭਾਅ ਜੀ ਨੇ ਸਾਨੂੰ ਇੱਕੋ ਗੱਲ ਕਹੀ ਆ, ਕੋਈ ਬੁਰਾ ਭਲਾ ਨਹੀਂ ਕਿਸੇ ਦਾ ਵੀ। ਭਾਅ ਜੀ ਨੇ ਸਿੱਧਾ ਕਿਹਾ, ਆਉਂਦੇ ਸਾਨੂੰ ਪਹਿਲੇ ਦਿਨ ਕਿਹਾ ਕਿ ਕੁਛ ਨਹੀਂ ਹੋਇਆ, ਸਭ ਕੁਝ ਠੀਕ ਠਾਕ ਆ, ਕਾਂਗਰਸ ਪਾਰਟੀ 'ਚ ਰਹਿਣਾ, ਕਾਂਗਰਸ ਪਾਰਟੀ ਸਾਡੀ ਮਾਂ ਵਾ, ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਅਤੇ ਪੂਰੇ ਦੇਸ਼ 'ਚ ਲੈ ਕੇ ਆਉਣਾ, ਪੰਜਾਬ 'ਚ ਹੈ ਵਾ, ਅਗਲੀ ਵਾਰ ਵੀ ਕਾਂਗਰਸ ਪਾਰਟੀ ਨੂੰ ਲੈ ਕੇ ਆਉਣਾ ਵਾ, ਦੇਸ਼ ਦੇ ਵਿੱਚ ਫਿਰ ਕਾਂਗਰਸ ਪਾਰਟੀ ਨੂੰ ਲੈ ਕੇ ਆਉਣਾ ਵਾ, ਪੂਰੇ ਦਿਲੋਂ ਜਾਨ ਨਾਲ ਕਾਂਗਰਸ ਪਾਰਟੀ ਦੀ ਮਦਦ ਕਰਨੀ ਆ, ਅਤੇ ਪੂਰੇ ਪੰਜਾਬ ਦੇ ਵਿੱਚ, ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਘਰ ਘਰ ਜਾ ਕੇ ਵਿਚਰਨਾ ਵਾ, ਅਤੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਾ। ਸਿੱਧੂ ਸਾਹਿਬ ਨੇ ਹੁਣ ਇਹੀ ਦਿਸ਼ਾ ਨਿਰਦੇਸ਼ ਸਾਰਿਆਂ ਨੂੰ ਦਿੱਤੇ ਆ ਵੀ ਤੁਸੀਂ ਵੱਧ ਤੋਂ ਵੱਧ ਜਿਹੜੇ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਤੁਸੀਂ ਲੋਕਾਂ ਦੇ ਵਿੱਚ ਜਾਓ, ਲੋਕਾਂ ਦੀਆਂ ਮੁਸ਼ਕਲਾਂ ਸੁਣੋ। ਜਿਹੜਾ ਅਫਸਰ ਨਹੀਂ ਕੰਮ ਕਰਦਾ ਮੈਨੂੰ ਦੱਸੋ, ਮੈਂ 2-4-5 ਹਜ਼ਾਰ ਬੰਦਾ ਲੈ ਕੇ ਭਾਵੇਂ ਧਰਨੇ 'ਤੇ ਬੈਠਾ ਹੋਵੇ, ਬਹਿ ਕੇ ਕੰਮ ਕਰਾਵਾਂਗੇ। ਇਹ ਜਿਹੜੀ ਸਰਕਾਰ ਆ, ਇਹ ਸਰਕਾਰ ਜੀ ਸਿੱਧੂ ਸਾਹਿਬ ਕਹਿੰਦੇ ਮੇਰੀ ਆਪਣੀ ਸਰਕਾਰ ਹੈ, ਮੇਰੀ ਸਰਕਾਰ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਰੋਸ ਨਹੀਂ ਹੈਗਾ, ਪਰ ਇੱਕ ਜਿਹੜਾ ਉਹਦਾ ਸਿੱਧੂ ਸਾਹਿਬ ਦਾ ਗਿਆ ਵਾ, ਉਹਦੇ ਵਾਸਤੇ ਸਾਡੇ 'ਚ ਕੱਲ੍ਹ ਤੱਕ ਬਹੁਤ ਨਿਰਾਸ਼ਾ ਸੀ, ਪਰ ਅੱਜ ਸਿੱਧੂ ਸਾਹਿਬ ਜਦੋਂ ਕੱਲ੍ਹ ਮਿਲੇ ਹਾਂ ਤਾਂ ਉਹ ਖੁਦ ਵੀ ਬੜੇ ਪੋਜ਼ੀਟਿਵ ਸੀ, ਅਤੇ ਉਹਨਾਂ ਨੇ ਸਾਡੇ ਅੰਦਰ ਵੀ ਬਹੁਤ ਪੋਜ਼ੀਟਿਵਿਟੀ ਭਰੀ ਆ ਵੀ ਅਸੀਂ ਚੁਣੇ ਹੋਏ ਲੋਕ ਹਾਂ, ਅਸੀਂ ਲੋਕਾਂ ਦੀ ਸੇਵਾ ਕਰਨੀ, ਮੰਤਰੀ ਪੁਣੇ ਵਾਸਤੇ ਅਸੀਂ ਨਹੀਂ ਬਣੇ। ਉੱਧਰ ਸਿੱਧੂ ਦੇ ਖਾਸਮ ਖਾਸ ਮੰਨੇ ਜਾਂਦੇ ਮਿੱਠੂ ਮਦਾਨ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ MLA ਸਾਹਿਬ ਬਾਹਰ ਨਿਕਲਣਗੇ ਅਤੇ ਲੋਕਾਂ ਨਾਲ ਰੂਬਰੂ ਹੋਣਗੇ। ਮੀਟਿੰਗਾਂ ਇਹੋ ਹੀ ਸਟਾਰਟ ਹੋਈਆਂ ਕਿ ਸਿੱਧੂ ਸਾਹਿਬ ਆਪਣੇ ਕੌਂਸਲਰਾਂ ਕੋਲ, ਸਾਰਿਆਂ ਕੋਲ ਜਾਣਗੇ ਹਲਕੇ 'ਚ, ਸਾਰਿਆਂ ਵਾਈਜ਼ ਇੱਕ ਇੱਕ ਘਰ ਜਾਵਾਂਗੇ ਆਪਾਂ, ਜੋ ਜੋ ਕੰਮ ਨੇ ਹਲਕੇ 'ਚ ਅਧੂਰੇ ਨੇ ਉਹ ਆਪਾਂ ਪੂਰੇ ਕਰਾਂਗੇ, ਕਿਸੇ ਤਰ੍ਹਾਂ ਦੇ ਹਲਕੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਬਤੌਰ MLA ਸਿੱਧੂ ਸਾਹਿਬ ਦਾ ਅੱਗੇ ਵੀ ਸੇਵਾ ਕਰਦੇ ਨੇ, ਹੁਣ ਵੀ ਸੇਵਾ ਕਰਨੀ ਹੈ, ਸਾਰੀ ਉਮਰ ਸੇਵਾ ਕਰਨੀ ਹੈ, ਲੋਕਾਂ ਲਈ ਜਿਉਂਦੇ ਨੇ, ਲੋਕਾਂ ਲਈ ਮਰਨਾ। ਸਿੱਧੂ ਸਾਹਿਬ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਉਠਾਉਂਦੇ ਨੇ, ਅਤੇ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਨੇ, ਕਾਂਗਰਸ ਪਾਰਟੀ ਦੇ ਹੱਕ 'ਚ ਗੱਲ ਕਰਨੀ ਹੈ ਅਤੇ ਕਾਂਗਰਸ ਪਾਰਟੀ ਦੇ ਨੇਤਰਤਵ ਰਹਿ ਕੇ ਕੰਮ ਕਰਨਾ। ਸਿੱਧੂ ਸਾਹਿਬ ਨੇ ਕਿਤੋਂ ਕਿਸੇ ਤਰ੍ਹਾਂ ਦੇ ਕੋਈ ਗੱਲ ਨਹੀਂ ਆ, ਉਤਰਾਅ ਚੜ੍ਹਾਅ ਚੜ੍ਹੇ ਰਹਿੰਦੇ ਨੇ,
ਸਿੱਧੂ ਸਾਹਿਬ ਜਦੋਂ ਮੰਤਰੀ ਸੀ ਉਦੋਂ ਵੀ ਕੰਮ ਕਰਦੇ ਸੀ, ਹੁਣ MLA ਨੇ ਉਦੋਂ ਵੀ ਕੰਮ ਕਰਨਾ, ਇਹਦੇ 'ਚ ਕੋਈ ਪ੍ਰੋਬਲਮ ਨਹੀਂ, ਕਿਸੇ ਤਰ੍ਹਾਂ ਦਾ ਕੋਈ ਰੋਲਾ ਨਹੀਂ। ਫਿਲਹਾਲ ਆਉਣ ਵਾਲੇ ਦਿਨਾਂ 'ਚ ਸਿੱਧੂ ਕੀ ਧਮਾਕਾ ਕਰਨਗੇ ਤਾਂ ਹੁਣ ਸਭ ਦੀਆਂ ਨਜ਼ਰਾਂ ਲੱਗੀਆਂ ਰਹਿਣਗੀਆਂ। ਬਿਊਰੋ ਰਿਪੋਰਟ, ਹਕੀਕਤ TV।